ਸਾਰੇ ਕਿਸਾਨ ਭਰਾਵਾਂ ਨੂੰ ਪਹਿਲਾਂ ਦਾ ਪਿਆਰ ਪਰਿ ਸਤਿ ਸ੍ਰੀ ਅਕਾਲ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਤੇ ਸਵਾਗਤ ਹੈ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਜੋ ਬUDE ਤੋਂ ਬUDE ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਤਕਰੀਬਨ ਕਣਕ ਦੇ ਲਈ ਕਿਸਾਨ ਵੀਰਾਂ ਦੇ ਜੋ ਡੇਲੀ ਆਪਾਂ ਨੂੰ ਮੈਸੇਜ ਵਗੈਰਾ ਆਉਂਦੇ ਰਹਿੰਦੇ ਨੇ ਵੀ ਕਣਕ ਦੀਆਂ ਸਾਰੀਆਂ ਵੈਰਾਈਟੀਆਂ ਤੇ ਤਕਰੀਬਨ ਵੀਡੀਓ ਪਾਓ ਤੇ ਜਿਹੜੇ ਨਵੇਂ ਕਿਸਾਨ ਨੇਗੇ ਉਹਨਾਂ ਨੂੰ ਤਕਰੀਬਨ ਨਹੀਂ ਕੀ ਵਾਰ ਪਤਾ ਲੱਗਦਾ ਵੀ ਆਪਾਂ ਕਿਹੜੀ ਵੈਰੈਟੀ ਬੀਜ ਨਹੀਂ ਆ ਕਿਹੜੀ ਕਿਹੜੇ ਖੇਤਰ ਦੇ ਵਿੱਚ ਕਾਮਯਾਬ ਹੈ ਤੇ ਅੱਜ ਆਪਾਂ ਕਣਕ ਦੀ ਕਹੇਜੀ ਵੈਰੈਟੀ ਤੁਹਾਡੇ ਲਈ ਲੈ ਕੇ ਆਏ ਹਾਂਗੇ ਜਿਹੜੀ ਹਾਈ ਟੈਂਪਰੇਚਰ ਨੂੰ ਵੀ ਸਹਿਣ ਕਰਦੀ ਆ ਝੰਡਾ ਪੱਤਾ ਵੀ ਪੂਰਾ ਤਾਕੜਾ ਕਰਦੀ ਆ ਝਾੜ ਵੀ ਪੂਰਾ ਵਧੀਆ ਤੇ ਪੂਰੇ ਪੰਜਾਬ ਦੇ ਵਿੱਚ ਇਹਨੂੰ ਜਿੱਥੇ ਮਰਜ਼ੀ ਲਗਾ ਲਓ ਹਰਿਆਣੇ ਦੇ ਵਿੱਚ ਜਿੱਥੇ ਮਰਜ਼ੀ ਲਗਾ ਲਓ ਪੂਰੀ ਤੱਕੜ ਕਿਸਮ ਹੈ ਤੇ ਇਹ ਕਿਸਮ ਨੂੰ ਜਾਣਨ ਦੇ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਕਿਸਮਾਂ ਬਾਰੇ ਜਾਣਕਾਰੀ ਹੁਣ ਲੜੀਵੰਦ ਲੈ ਕੇ ਆਉਂਦੇ ਰਹਾਂਗੇ ਕਿਸਾਨ ਵੀਰੋ ਜਿਹੜੀ ਆਪਾਂ ਅੱਜ ਗੱਲਬਾਤ ਕਰਨੀ ਹੈ ਇਹ ਕਰਨੀ ਆਪਾਂ DBW 222 ਇਹ ਕਣਕ ਕੋਈ ਜਾਣ ਪਹਿਚਾਨ ਦੀ ਮਹਤਾਜ ਨਹੀਂ ਪੰਜਾਬ ਦੇ ਲਈ ਬਹੁਤ ਜ਼ਿਆਦਾ ਵਧੀਆ ਇਹ ਕਣਕ ਦੀ ਕਿਸਮ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਇਹ ਤਿੰਨ ਚਾਰ ਸਾਲਾਂ ਤੋਂ ਪੰਜਾਬ ਦੇ ਵਿੱਚ ਬਜਾਈ ਵੀ ਹੁੰਦੀ ਆ ਰਹੀ ਹੈ ਤੇ ਇਹਦਾ ਝਾੜ ਵੀ ਕਿਸਾਨ ਵੀਰਾਂ ਨੂੰ ਬਹੁਤ ਵਧੀਆ ਮਿਲ ਰਿਹਾ ਹੈ ਤੇ ਖਾਸੀਅਤ ਇਹਦੀ ਕੀ ਹੈ ਵੀ ਇਹ ਹਾਈ ਟੈਂਪਰੇਚਰ ਨੂੰ ਸਹਨ ਕਰ ਲੈਂਦੀ ਹੈ ਤੇ ਵਧੀਆ ਝਾੜ ਦੇ ਜਾਂਦੀ ਹੈ ਤੇ ਤੂੜੀ ਵੀ ਬਹੁਤ ਵਧੀਆ ਬਣਦੀ ਹੈ ਕੱਦ ਵੀ ਬਹੁਤ ਵਧੀਆ ਤੇ ਖਾਸ ਗੱਲ ਕੀ ਹੈ ਇਹਨੂੰ ਚਾਹੇ ਤੁਸੀਂ ਛਿੱਟਾ ਮਾਰ ਕੇ ਬੀਜ ਲੋ ਚਾਹੇ ਤੁਸੀਂ ਹੈਪੀ ਸੀਡਰ ਨਾਲ ਬੀਜ ਲੋ ਚਾਹੇ ਸੁਪਰ ਸੀਡਰ ਨਾਲ ਬੀਜ ਲੋ ਚਾਹੇ ਰੂਟਾਵੇਟਰ ਨਾਲ ਚਾਹੇ ਡ੍ਰਿਲ ਨਾਲ ਸਾਰੀਆਂ ਤਰ੍ਹਾਂ ਨਾਲ ਕੰਮ ਜਾਵੇ ਸਰਬਗੁਣ ਸੰਪੰਨ ਕਿਸਮ ਆਪਾਂ ਇਹਨੂੰ ਕਹਿ ਸਕਦੇ ਹਾਂ ਤੇ ਲਾਫਰ ਦੀ ਬਹੁਤ ਵਧੀਆ ਬੂਝਾ ਬਹੁਤ ਵਧੀਆ ਮਾਰਦੀ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਕਿਸਮ ਦੇ ਵਾਰੀ ਹੀ ਗੱਲ ਕਰਾਂਗੇ ਬਾਕੀ ਇਹ ਖਾਦ ਪ੍ਰਬੰਧਨ ਦੀ ਜੋ ਗੱਲ ਹੈ ਅੱਗੇ ਬਾਅਦ ਆਪਾਂ ਗੱਲਬਾਤ ਕਰਦੇ ਰਹਾਂਗੇ ਡੀਬੀਡਬਲਯੂ ਕਿਸਮਾਂ ਦੀ ਡੀਬੀਡਬਲਯੂ ਕਿਸਮਾਂ ਨੇ ਜੋ ਕਿਸਾਨ ਵੀਰੋ ਇਹਨਾਂ ਦੀ ਇੱਕ ਖਾਸੀਅਤ ਹੈ ਪੰਜਾਬ ਤੇ ਹਰਿਆਣਾ ਯੂਪੀ ਜਿੱਥੇ ਮਰਜੀ ਜਿਹੜੇ ਮਰਜੀ ਖੇਤਰ ਦੇ ਵਿੱਚ ਆਪਾਂ ਇਹਨਾਂ ਦੀ ਬਿਜਾਈ ਕਰ ਸਕਦੇ ਹਾਂ ਵਧੀਆ ਕਿਸਮਾਂ ਨੇ ਇਹ ਤੇ ਇਹਦਾ ਕੱਦ ਹੈ ਜਿਹੜਾ ਵਧੀਆ ਉੱਚਾ ਕੱਦ ਹੈ ਤੇ 100 ਸੈਂਟੀਮੀਟਰ ਤੋਂ ਪਲੱਸ ਇਹਦਾ ਕੱਦ ਜਾਂਦਾ ਹੈ ਤੇ ਬੱਲੀ ਬਹੁਤ ਵਧੀਆ ਲੱਗਦੀ ਹੈ ਇਹਨੂੰ ਤੇ ਝੰਡਾ ਪੱਤੀ ਦਾ ਇਹਦਾ ਜਿਹੜਾ ਗੁਣ ਨੇਗੇ ਝੰਡਾ ਪੱਤਾ ਬਹੁਤ ਵਧੀਆ ਚੌੜਾ ਕਰਦੀ ਹੈ ਜਿਹੜਾ ਕਿਦਾ ਝਾੜ ਵਧਾਉਣ ਦੇ ਵਿੱਚ ਇਹ ਵਧੀਆ ਇਹਦੀ ਹੈਲਪ ਕਰਦਾ ਹੈ ਤੇ ਅਗਲੀ ਗੱਲ ਕਿਸਾਨ ਵੀਰੋ ਇਸ ਦੇ ਬੀਜ ਦੀ ਆ ਜਾਂਦੀ ਹੈ ਬੀਜੇ ਦਾ ਕਿਤੋਂ ਵੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਵਧੀਆ ਸੇਲ ਪਰਚੇਜ਼ ਜਿੱਥੋਂ ਆਪਾਂ ਕਰਦੇ ਆਂ ਆਪਣੀਆਂ ਦਵਾਈਆਂ ਵਗੈਰਾ ਉੱਥੋਂ ਇਹ ਨਾ ਜਾਂ ਡੀਲਰਾਂ ਤੋਂ ਬੀਜ ਇਹਦਾ ਆਪਾਨੂੰ ਮਿਲ ਜਾਂਦਾ ਵਧੀਆ ਕਿਉਂਕਿ ਇਹ ਬੀਜ ਹੁਣ ਪੰਜਾਬ ਦੇ ਵਿੱਚ ਘੁੰਮ ਗਿਆ ਡੁਪਲੀਕੇਸੀ ਸੀਰੀ ਦੇ ਵਿੱਚ ਕੋਈ ਖਾਸ ਗੁੰਜਾਇਸ ਨਹੀਂ ਤੇ ਬੀਜ ਆਰਾਮ ਨਾਲ ਮਿਲ ਜਾਂਦਾ ਤੇ ਕੀ ਕਿਸਾਨ ਵੀਰ ਪੁੱਛਦੇ ਰਹਿੰਦੇ ਨੇ ਵੀ ਇਹਦਾ ਬੀਜ ਦੀ ਡੋਜ਼ ਕਿਸਾਨ ਵੀਰੋ ਜੇਕਰ ਤੁਸੀਂ ਡ੍ਰਿਲ ਵਗੈਰਾ ਨਾਲ ਜਾਂ ਕਿਸੇ ਵੀ ਹੋਰ ਢੰਗ ਨਾਲ ਵਿਜਾਈ ਕਰਦੇ ਹੋ ਤਾਂ ਤੁਹਾਨੂੰ ਬੀਜ ਪਾਣਾ ਪੂਣਾ ਪਊਗਾ ਇਹਦਾ 40 ਕਿਲੋ ਸੁਪਰ ਸੀਡਰ ਤੇ ਰੋਟਾਵੇਟਰ ਨਾਲ ਵੀ ਥੋੜੀ ਜਿਹੀ ਦਿੱਕਤ ਆਈ ਨੇ ਜਰਮੀਨੇਸ਼ਨ ਦੀ ਉਹਦੇ ਵਾਸਤੇ ਆਪਾਂ ਨੂੰ ਬੀਜ ਇਹਦਾ ਪਾਉਣਾ ਪਊਗਾ 45 ਕਿਲੋ 40 ਤੋਂ 45 ਕਿਲੋ ਕਿਉਂਕਿ ਕਿਲੋ ਡੇਢ ਕਿਲੋ ਬੀਜ ਆਪਾਂ ਨੂੰ ਵੱਧ ਤਾਂ ਪਾਉਣਾ ਪਊਗਾ ਵੀ ਜੇ ਕਿਸੇ ਦਾਣੇ ਨੇ ਜਰਮੀਨੇਸ਼ਨ ਨਹੀਂ ਲਿਆ ਤਾਂ ਉਹਦਾ ਜਰਮੀਨੇਸ਼ਨ ਦਾ ਜੋ ਗੈਪ ਆ ਉਹ ਉੱਪਰਲਾ ਜਿਹੜਾ ਕਿਲੋ ਡੇਢ ਕਿਲੋ ਬੀਜ ਪਾ ਰਹੇ ਆ ਆਪਾਂ ਬਿੱਗੇ ਮਾਗਰ ਉਹਦਾ ਜੋ ਜਰਮੀਨੇਸ਼ਨ ਦਾ ਗੈਪ ਆ ਉਹਨੂੰ ਪੂਰਾ ਕਰ ਲਓ ਆਪਾਂ ਇਹਦੇ ਬਾਰੇ ਕਿਸਾਨ ਵੀਰੋਂ ਗਲਤੀ ਕੀ ਕਰਦੇ ਆ ਸਭ ਤੋਂ ਵੱਡੀ ਆਪਾਂ ਇਹਦਾ ਜੋ ਵੀ ਮਤਲਬ ਕਿ ਆਪਾਂ ਨੇ ਬੀਜ ਪਾਉਣਾ ਉਹ ਨਹੀਂ ਪ੍ਰੋਪਰ ਪਾਉਂਦੇ ਜਾਂ ਜ਼ਿਆਦਾ ਵੱਧ ਪਾ ਦਿੰਨੇ ਆ ਜਾਂ ਜ਼ਿਆਦਾ ਘੱਟ ਪਾ ਦਿੰਨੇ ਆ ਤੇ ਜਾਂ ਆਪਾਂ ਬੀਜਣ ਦੀ ਵਿਧੀ ਨਹੀਂ ਪ੍ਰੋਪਰ ਡਿਸਾਈਡ ਕਰ ਪਾਉਂਦੇ ਪ੍ਰੋਪਰ এনवायरमेंट ਨਹੀਂ ਦੇ ਪਾਉਂਦੇ ਤੇ ਜਿਹਦੇ ਕਰਕੇ ਆਪਾਂ ਨੂੰ ਤੋਂ ਝਾੜ ਦਾ ਜੋ ਕਮੀ ਦੇਖਣ ਨੂੰ ਮਿਲਦੀ ਹੈ ਪਰ ਜੇਕਰ ਕਿਸਾਨ ਵੀਰੋ ਤੁਸੀਂ ਇਸ ਦਾ ਝਾੜ ਵਧੀਆ NPK ਦੇ ਕੇ ਵਧੀਆ ਇਹਨੂੰ DAP ਪਾ ਕੇ ਵਧੀਆ ਜੂਰੀਆ ਦੇ ਕੇ ਦਾ ਝਾੜ ਲੈਣਾ ਤਾਂ ਕਿਸਾਨ ਵੀਰੋ ਇਸ ਦਾ ਜੋ ਝਾੜ ਆ 28 ਕੁਇੰਟਲ ਤਾਂ ਆਪਾਂ ਨੂੰ ਰეკਮੈਂਡੇਸ਼ਨ ਮੰਨ ਲ ਕੇ ਮੰਨ ਲਓ ਤੁਸੀਂ ਵੀ ਯੂਨੀਵਰਸਿਟੀ ਕਹਿ ਰਹੀ ਆ DRW ਆਪਾਂ ਨੂੰ ਕਹਿ ਰਹੀ ਆ ਵੀ 32 ਕੁਆਂਟਲ ਤਾਂ 4 ਦਾ ਤੁਸੀਂ ਨਾਰਮਲ ਹੀ ਲੈ ਸਕਦੇ ਹੋ ਪਰ ਆਪਣੇ ਕਿਸਾਨ ਵੀਰ ਹੁਣ ਕੀ ਕਹਿਣਗੇ ਵੀ ਇਹ ਝੂਠ ਹੋ ਸਕਦਾ ਵੀਰੋਂ ਲੈਂਦੇ ਨੇ ਲੋਕ ਜਿਹੜਾ ਪ੍ਰੋਪਰ ਮੈਨੇਜਮੈਂਟ ਵਧੀਆ ਦਿੰਦਾ ਉਹਨਾਂ ਨੂੰ ਮਿਲਦਾ ਝਾੜ ਇਹਨਾਂ ਆਪਾਂ ਇਹਦੇ 'ਚ ਕੋਈ ਦੂਰ ਹੈ ਨਹੀਂ ਸਮਝ ਸਕਦੇ ਤੇ ਜਿਹੜੀ ਗੱਲ ਆ ਜਾਂਦੀ ਹੈ ਕਿ ਅੱਗੇ ਇਹਦੇ ਆਪਾਂ ਕਹਿੰਦੇ ਨੇ ਵੀ ਝਾੜ ਕਿਉਂ ਘਟਦਾ ਹੈ ਝਾੜ ਘਟਣ ਦਾ ਕਾਰਨ ਕਿਸਾਨ ਵੀਰੋ ਇਹੀ ਹੈ ਵੀ ਆਪਾਂ ਨੂੰ ਜਦ ਤੱਕਈ ਵਾਰ بارش ਜ਼ਿਆਦਾ ਹੋ ਜਾਂਦੀ ਹੈ ਮੈਨੇਜਮੈਂਟ ਚ ਘਾਟ ਰਹਿ ਜਾਂਦੀ ਹੈ ਆਪਣੇ ਜਾਂ ਕਈ ਵਾਰ ਡੀਜੀਪੀ ਨਹੀਂ ਪ੍ਰੋਪਰ ਪੈਂਦੀ ਆਪਾਂ ਤੋਂ ਕੋਈ ਕਣਕ ਵਾਸਤੇ ਡੀਏਪੀ ਜਿਹੜੀ ਉਹ ਅੰਬਰਤ ਹੈ ਇਹਦੇ ਚ ਡੀਏਪੀ ਆਪਾਂ ਨੂੰ ਲਾਜ਼ਮੀ ਪਾਉਣੀ ਹੀ ਪਊਗੀ ਜੇ ਆਪਾਂ ਝਾੜ ਵੀ ਲੈਣਾ ਜਾਂ ਜਰਮੀਨੇਸ਼ਨ ਪ੍ਰੋਪਰ ਲੈਣਾ ਤੇ ਤੁਸੀਂ ਕਿਸਾਨ ਵੀਰੋ ਡੀਏਪੀ ਵੀ ਪ੍ਰੋਪਰ ਪਾਓ ਖਾਦਾਂ ਦੀ ਵੀਡੀਓ ਆਪਾਂ ਸਪੈਸ਼ਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜੂਰੀਆ ਵੀ ਪ੍ਰੋਪਰ ਪਾਉ ਜੂਰੀਏ ਆਮ ਕੇ ਸਮਾਨ ਨਾਲੋਂ ਥੋੜਾ ਜਿਹਾ ਵੱਧ ਲੈਂਦੀ ਆ ਤੇ ਪ੍ਰੋਪਰੀ ਨੂੰ ਐਨਪੀਕੇ ਦੀ ਸਪਰੇਅ ਦੋ ਤੇ ਐਟਲਾਨਟਸ ਜੋ ਆਪਣੇ ਨਦੀਨ ਨਾਸ਼ਕ ਹੈ ਉਹ ਨੂੰ ਉਹਦੇ ਪ੍ਰਤੀ ਇਸ ਸਹਿਨਸੀਲ ਹੈਂਗੀ ਆ ਉਹ ਇਹਦੇ ਤੇ ਹੋ ਜਾਂਦਾ ਪ੍ਰੋਪਰ ਵਧੀਆ ਰੰਗ ਨਾਲ ਗੁੱਲੀ ਡੰਡਾ ਮਾਰ ਸਕਦੇ ਆ ਆਪਾਂ ਤੇ ਸਟਰੋਂਗ ਸਪਰੇਹਾਂ ਨੂੰ ਸਹਿ ਸਕਦੀ ਹੈ ਇਹ ਤੇ ਬਾਕੀ ਜੋ ਗੱਲਾਂ ਆ ਇਹਦੇ ਕਿਸਾਨ ਵੀਰੋ ਸਾਰਿਆਂ ਤੋਂ ਮੇਨ ਆਪਣੇ ਵਾਸਤੇ ਦੁਬਾਰਾ ਵੀ ਬੀਜ ਇਹਦਾ ਪ੍ਰੋਪਰ ਪਾਓ 40 ਕਿਲੋ ਬੀਜ ਦਾ ਘੱਟੋ-ਘੱਟ ਪਾਓ ਤੁਸੀਂ ਕਿਉਂਕਿ ਬੀਜ ਦੇ ਵਿੱਚ ਆਪਾਂ ਵੈਲੀ ਨਹੀਂ ਕਰ ਸਕਦੇ ਤੇ ਬਾਕੀ ਰਹੀ ਗੱਲ ਕਿਸਾਨ ਵੀਰੋ ਜਿਹੜੀਆਂ ਇਹ ਕਿਸਮਾਂ ਨੇ ਜਿੱਦਾਂ 303 187 DW 222 ਇਹਨਾਂ ਨੂੰ ਤੁਸੀਂ ਮਿਕਸ ਕਰਕੇ ਵੀ ਬੀਜ ਸਕਦੇ ਹੋ ਜਿੱਦਾਂ 15 ਕਿਲੋ 187 ਪਾਓ ਕਿਲੇ ਦੇ ਵਿੱਚ 25 ਕਿਲੋ ਇਹ ਪਾਓ ਝਾੜ ਵੀ ਵਧੀਆ ਤੂੜੀ ਵੀ ਵਧੀਆ ਤੇ ਗਿਰਨ ਦੀ ਸਮੱਸਿਆ ਘਟ ਜੂ ਇਸ ਦੀ ਖਾਸਿਤ ਕਿਸਾਨ ਵੀਰੂ ਇਹ ਹੀ ਹੈ ਵੀ ਇਹ ਗਿਰਦੀ ਨਹੀਂ ਕਿਉਂਕਿ ਮੌਸਮ ਦੇ ਬਦਲਾਅ ਦੇ ਨਾਲ ਆਪਾਂ ਨੂੰ ਵੈਰਾਈਟੀਆਂ ਵੀ ਬਦਲਣੀਆਂ ਪੈਣਗੀਆਂ ਤੇ ਤੌਰ ਤਰੀਕੇ ਵੀ ਬਦਲਨੇ ਪੈਣਗੇ ਕਿਉਂਕਿ ਅੱਗੇ ਦੀ ਅੱਗੇ ਜੋ ਸਮਾਂ ਆਉਂਦਾ ਜਾਂਦਾ ਆਪਾਂ ਨੂੰ ਉਹਦੇ ਨਾਲ ਚੱਲਣਾ ਪੈਣਾ ਜੇਕਰ ਆਪਾਂ ਨਹੀਂ ਚੱਲਾਂਗੇ ਤਾਂ ਆਪਾਂ ਫਸਲਾਂ ਦੇ ਝਾੜ ਨਹੀਂ ਲੈ ਸਕਾਂਗੇ ਕਿਉਂਕਿ ਪਹਿਲਾਂ ਨਾਲੋਂ ਹੁਣ ਬਹੁਤ ਚੇਂਜ ਆ ਚੁੱਕੇ ਹੈਗਾ ਫਸਲਾਂ ਦੀ ਬੀਜ ਬਜਾਈ ਦਾ এনवायरमेंट ਦਾ ਮੌਸਮ ਦਾ ਹਰ ਇੱਕ ਤਰ੍ਹਾਂ ਦਾ ਚੇਂਜ ਆਉਂਦਾ ਜਾਂਦਾ ਹੈ ਤੇ ਪਾਲਣ ਪੋਸ਼ਣ ਕਰਨ ਦਾ ਵੀ ਚੇਂਜ ਆਉਂਦਾ ਜਾਂਦਾ ਹੈ ਇਸ ਕਰਕੇ ਕਿਸਾਨ ਵੀਰੋ ਇਹ ਫਸਲ ਇੱਕ ਬਹੁਤ ਵਧੀਆ ਕਿਸਮ ਹੈ ਕਣਕ ਦੀ DBW 222 ਤੇ ਇਹਨੂੰ ਆਪਾਂ ਪਹਿਲ ਦੇ ਆਧਾਰ ਤੇ ਪੰਜਾਬ ਦੇ ਵਿੱਚ ਬੀਜ ਸਕਦੇ ਹਾਂ ਬਹੁਤ ਵਧੀਆ ਇਹਦਾ ਆਪਾਂ ਨੂੰ ਝਾੜ ਮਿਲਦਾ ਹੈ ਬਹੁਤ ਵਧੀਆ ਇਹਦਾ ਕੱਦ ਕਾਠ ਹੈ ਬਹੁਤ ਵਧੀਆ ਤੂੜੀ ਬਣਦੀ ਹੈ ਹਰ ਇੱਕ ਪੱਗਲੋਂ ਸਰਬਗੁਣ ਸੰਪਾਨ ਹੈ ਤੇ ਬਾਕੀ ਇਹਦੇ ਤੇ ਆਪਾਂ ਡਿਟੇਲਡ ਵੀਡੀਓ ਆ ਜਿਹੜੀ ਪ੍ਰੋਪਰ ਇਹਦੀਆਂ ਖਾਦਾਂ ਦੀ ਪ੍ਰੋਪਰ ਮੈਨੇਜਮੈਂਟ ਦੀ 1-2 ਦਿਨਾਂ ਦੇ ਵਿੱਚ ਆਪਾਂ ਵੀਡੀਓ ਪਾ ਦਾਂਗੇ ਤੇ ਹੁਣ ਇਸ ਤਰ੍ਹਾਂ ਕੰਨ ਕਤੇ ਵੀਡੀਓ ਤੁਹਾਨੂੰ ਲਗਾਤਾਰ ਮਿਲਦੇ ਰਹਿਣਗੀਆਂ। ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਬਤੇ ਤੋਂ ਵਧੀਆ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ। ਧੰਨਵਾਦ।